ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਖਾਲਸਾ ਸਜਾ ਕੇ, ਕਹਿੰਦੇ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸਾ ਮੇਰਾ ਖਾਸ ਰੂਪ ਹੈ। ਤੇ ਖਾਲਸਾ ਹੈ ਕੌਣ? ਜਿਹੜਾ ਕਿਸੇ ਦਿਨ ਦਾ ਵਹਿਮ ਨਾ ਕਰੇ ਵੀ ਅੱਜ ਤਾਂ ਸ਼ਨੀਵਾਰ ਹੈ, ਅੱਜ ਦਿਨ ਮਾੜਾ, ਪੀਸੀ ਨਹੀਂ ਲਾਉਣਾ, ਅੱਜ ਭੋਗ ਨਹੀਂ ਸਹਿਜ ਖੰਡ ਪਾਠ ਦਾ ਪਾਉਣਾ, ਅੱਜ ਦਿਨ ਵੀਰਵਾਰ ਹੈ ਜਾਂ ਅੱਜ ਸੋਮਵਾਰ ਹੈ, ਅੱਜ ਫਲਾਣਾ ਦਿਨ ਚੰਗਾ ਹੈ, ਫਲਾਣਾ ਦਿਨ ਮਾੜਾ ਹੈ। ਖਾਲਸਾ ਉਹ ਜਿਹੜਾ ਕਿਸੇ ਦਿਨ ਨੂੰ ਚੰਗਾ ਜਾਂ ਮਾੜਾ ਨਾ ਮਿਲੇ, ਖਾਲਸਾ ਉਹ ਜਿਹੜਾ ਕੇਵਲ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਥਾਂ ਥਾਂ ਦੇ ਸਿਰ ਨਾ ਝੁਕਾਵੇ, ਖਾਲਸਾ ਉਹ ਜਿਹੜਾ ਜਾਤ ਪਾਤ ਦੇ ਚੱਕਰ ਦੇ ਵਿੱਚੋਂ ਨਿਕਲ ਗਿਆ, ਖਾਲਸਾ ਉਹ ਜਿਹੜਾ ਪੁੱਛਾ ਲੈਂਦਾ ਨਹੀਂ ਤੇ ਨਾ ਪੁੱਛਾ ਦਿੰਦਾ ਨਹੀਂ, ਖਾਲਸਾ ਉਹ ਜਿਹੜਾ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪੈਂਦਾ, ਤਾਗੇ ਤਵੀਤਾਂ ਦੇ ਚੱਕਰ ਵਿੱਚ ਨਹੀਂ ਪੈਂਦਾ, ਮੰਤਰ ਯੰਤਰ ਤੰਤਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਉਹ ਖਾਲਸਾ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ। ਜਿਹਦੇ ਹਿਰਦੇ ਵਿੱਚ ਕਹਿੰਦੇ ਭਰਮ ਨਹੀਂ ਹੈ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਤਾਂ ਮੇਰਾ ਵੀ ਸਤਿਗੁਰੂ ਹੈ, ਉਹ ਐਸਾ ਖਾਲਸਾ ਜਿਹੜਾ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪੈਂਦਾ, ਦਿਨ ਮਾੜੇ ਚੰਗੇ ਦੇ ਚੱਕਰ ਵਿੱਚ ਨਹੀਂ ਪੈਂਦਾ, ਰੁੱਤਾਂ ਥਿੱਤਾਂ ਬਾਰਾਂ ਦੇ ਚੱਕਰਾਂ ਵਿੱਚੋਂ ਜਿਹੜਾ ਨਿਕਲ ਗਿਆ, ਜਿਹਨੇ ਇੱਕ ਅਕਾਲ ਪੁਰਖ ਨੂੰ ਜਾਣ ਲਿਆ, ਇੱਕ ਅਕਾਲ ਪੁਰਖ ਨੂੰ ਪਹਿਚਾਣ ਲਿਆ, ਜਿਸ ਕੈ ਮਨ ਵਸਿਆ ਨਿਰੰਕਾਰ, ਜਿਹਦੇ ਮਨ ਵਿੱਚ ਨਿਰੰਕਾਰ ਵਸ ਗਿਆ, ਤਿਸ ਦੀ ਜੀਕ ਤਰੇ ਸੰਸਾਰ, ਉਹ ਖਾਲਸਾ ਜਿਹੜਾ ਵਹਿਮਾਂ ਭਰਮਾਂ ਤੋਂ ਆਜ਼ਾਦ ਹੋ ਗਿਆ, ਉਹ ਖਾਲਸਾ ਜਿਹੜਾ ਮਨ ਦੀ ਗੁਲਾਮੀ ਚੋਂ ਆਜ਼ਾਦ ਹੋ ਗਿਆ, ਜਿਹੜਾ ਜਾਤਾਂ ਪਾਤਾਂ ਧਰਮਾਂ ਨਸਲਾਂ ਗੋਤਾਂ ਮਜ਼ਬਾਂ ਚੋਂ ਆਜ਼ਾਦ ਹੋ ਗਿਆ, ਮਹਾਰਾਜ ਕਹਿੰਦੇ ਉਹ ਖਾਲਸਾ ਹੈ। ਤੇ ਜਿਹੜਾ ਇੱਦਾਂ ਦਾ ਖਾਲਸਾ ਕਲਗੀਆਂ ਵਾਲੇ ਕਹਿੰਦੇ ਉਹ ਮੇਰੇ ਹੀ ਰੂਪ ਹੈ,